ਪਹਿਲਾਂ ਇੱਕ ਵਾਰੀ ਪਾਣੀ 'ਚ ਕੈਮੀਕਲ ਪਾਇਆ ਪੀਆ, ਇੱਕ ਵਾਰ ਦੁੱਧ 'ਚ ਪਾਣੀ ਪਾ ਕੇ ਦੁੱਧ 'ਚ ਪਾ ਕੇ ਲੈ ਕੇ ਆਏਗਾ, ਉਹਦੇ ਦੁੱਧ 'ਤੇ ਪਿਤਾ ਨੇ ਕੈਮੀਕਲ ਸਕੂਲ 'ਚ ਫੋਨ ਆ ਗਿਆ ਸੀਗਾ ਵੀ ਬੱਚਾ ਮੋਮਟਿੰਗ ਲੱਗ ਗਈ, ਬੱਚੇ ਨੂੰ ਲੈ ਜਾਓ ਵਾਪਸ। ਪਾਣੀ ਦੀ ਬੋਟਲ ਸੀ ਸਕੂਲ ਵਾਲੀ, ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ। ਸੰਗਰੂਰ ਤੋਂ ਮਾਮਲਾ ਆਇਆ ਸਾਹਮਣੇ, ਹੈਵਾਨ ਬਣਿਆ ਮਤਰੇਆ ਪਿਓ। ਮਤਰੇਏ ਪਿਓ ਵੱਲੋਂ ਕੀਤਾ ਗਿਆ 9 ਸਾਲ ਦੀ ਬੱਚੀ ਦਾ ਗਲਾ ਘੋਟ ਕੇ ਕਤਲ। ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਜਦੋਂ ਬੱਚੀ ਸਕੇਟਿੰਗ ਸਿੱਖ ਕੇ ਆਪਣੇ ਪਿਤਾ ਨਾਲ ਘਰ ਵਾਪਸ ਆ ਰਹੀ ਸੀ ਤਾਂ ਉਸਦਾ ਗੱਡੀ ਵਿੱਚ ਤੌਲੀਏ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਮਹਿਲਾ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਇਸਦਾ ਦੂਜਾ ਵਿਆਹ ਇਸ ਸ਼ਖਸ ਨਾਲ ਹੋਇਆ ਸੀ ਜੋ ਕਿ ਇਸਦੀ ਬੱਚੀ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ। ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ 2.5 ਮਹੀਨੇ ਪਹਿਲਾਂ ਵੀ ਇਸ ਵੱਲੋਂ ਬੱਚੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਸ ਵਿੱਚ ਨਾਕਾਮ ਰਿਹਾ ਤੇ ਹੁਣ ਮੁੜ ਕੋਸ਼ਿਸ਼ ਕਰਕੇ ਉਸ ਵੱਲੋਂ ਬੱਚੀ ਦੀ ਜਾਨ ਲੈ ਲਈ ਗਈ। ਮਾਂ ਵੱਲੋਂ ਕਿਹਾ ਗਿਆ ਕਿ ਦੇਰ ਰਾਤ ਜਦੋਂ ਇਸਦਾ ਪਿਤਾ ਸਕੇਟਿੰਗ ਕਲਾਸ ਤੋਂ ਬਾਅਦ ਇਸਨੂੰ ਪੀਜ਼ਾ ਖਿਲਾ ਕੇ ਘਰ ਲੈ ਕੇ ਆਇਆ ਤਾਂ ਮੈਨੂੰ ਬਾਹਰ ਬੁਲਾਇਆ ਕਿ ਬੱਚੀ ਨੂੰ ਕੁਝ ਹੋ ਗਿਆ ਹੈ। ਜਦੋਂ ਮੈਂ ਨੀਚੇ ਗਈ ਤਾਂ ਬੱਚੀ ਬਿਲਕੁਲ ਵੀ ਹਿਲਜੁਲ ਨਹੀਂ ਰਹੀ ਸੀ। ਉਸ ਤੋਂ ਬਾਅਦ ਅਸੀਂ ਉਸਨੂੰ ਹਸਪਤਾਲ ਲੈ ਕੇ ਗਏ ਤੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਬੱਚੀ ਦੀ ਮਾਂ ਵੱਲੋਂ ਕਤਲ ਦੇ ਇਲਜ਼ਾਮ ਉਸਦੇ ਪਿਤਾ ਤੇ ਲਗਾਏ ਗਏ ਤੇ ਇਨਸਾਫ ਦੀ ਮੰਗ ਕੀਤੀ ਗਈ। ਬਸ ਬੇਟਾ ਕਲਾਸ ਚ ਲੈ ਕੇ ਗਿਆ, ਸਟੇਟਿੰਗ ਕਲਾਸ ਲਾਉਂਦੇ ਹੁੰਦੇ ਸੀ ਕਦੇ 6 ਵਜੇ ਦੀ ਗਈ, ਸਾਰਾ ਸਵਾ 9 ਲੈ ਕੇ ਆਏਗਾ ਕਦੇ ਮਾਰੀ ਵੀ। ਪਹਿਲਾਂ ਇੱਕ ਵਾਰੀ ਪਾਣੀ 'ਚ ਕੈਮੀਕਲ ਪਾਇਆ ਪੀਆ, ਇੱਕ ਵਾਰ ਦੁੱਧ 'ਚ ਪਾਣੀ ਪਾ ਕੇ ਦੁੱਧ 'ਚ ਪਾ ਕੇ ਲੈ ਕੇ ਆਏਗਾ, ਉਹਦੇ ਦੁੱਧ 'ਤੇ ਪਿਤਾ ਨੇ ਕੈਮੀਕਲ ਸਕੂਲ 'ਚ ਫੋਨ ਆ ਗਿਆ ਸੀਗਾ ਵੀ ਬੱਚਾ ਮੋਮਟਿੰਗ ਲੱਗ ਗਈ, ਬੱਚੇ ਨੂੰ ਲੈ ਜਾਓ ਵਾਪਸ। ਪਾਣੀ ਦੀ ਬੋਟਲ ਸੀ ਸਕੂਲ ਵਾਲੀ, ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀਗਾ। ਨਾ ਜੀ, ਫਿਰ ਕੁੜੀ ਕਹਿੰਦੀ ਮੰਮੀ ਨਹੀਂ, ਕਹਿੰਦੀ ਆਪਾਂ ਨੂੰ ਗਲਤ ਫਹਿਮੀ ਹੋ ਗਈ, ਨਹੀਂ ਐਸਾ ਕੰਮ ਕਾਂਡ ਨਹੀਂ ਕਰ ਸਕਦਾ ਇਹ। ਬਸ ਕੁੜੀ ਵਿਸ਼ਵਾਸ ਦਿੱਤੇ ਰਾਜਸਨ ਦਾ ਧੋਖਾ ਖਾ। ਬਸ ਰਾਜੇ ਕੁੜੀ ਨੂੰ ਲਾਇਕ ਨਹੀਂ ਸੀ ਕਰਦੇ, 1 ਸਾਲ ਹੋ ਗਏ ਸੀ ਵਿਆਹ ਨੂੰ, ਕੁੜੀ ਨੇ ਪਾਪਾ ਕਰਦੇ, ਪਾਪਾ ਅੱਜ ਮੇਰੇ ਪੇਪਰ ਹੈ, ਤੁਸੀਂ ਬੈਸਟ ਆਫ ਲਗੋ ਲਓ, ਕਦੇ ਉਂਗਲ ਲਾ ਕੇ ਬਾਜ਼ਾਰ ਸੀ ਲੈ ਕੇ ਜਾਂਦਾ ਸੀ, ਕਦੇ ਕੁਛ ਨਹੀਂ ਸੀ, ਲਾਇਕ ਨਹੀਂ ਸੀ ਕਰਦਾ। 2 ਮਹੀਨੇ ਤਾਂ ਕਹਿਣ ਲੱਗੇ ਤੇਰੇ ਮਾਇਕੇ ਛੱਡ ਦੇ ਕੁੜੀ ਨੂੰ, ਉਹ ਕਹਿੰਦੀ ਫਿਰ ਨਵਾਂ ਸੈਕਸ਼ਨ ਸ਼ੁਰੂ ਹੋ ਰਿਹਾ, ਕਹਿੰਦੀ ਅਸੀਂ ਬਾਏ, ਅਸੀਂ ਚੱਲੇ, ਜਾਣਾ ਵੀ ਨਹੀਂ ਤੁਸੀਂ, ਛੱਡਣਾ ਵੀ ਨਹੀਂ, ਤੇ ਕੁੜੀ ਦੇ ਬਸ ਰਾਤ ਡੈਡ ਬੋਡੀ ਖਤਮ ਕਰ। ਹੁਣ ਕਿੱਥੇ ਆ ਉਹ? ਫਰਾਰ ਹੈ ਕੀ ਮੰਗ ਕਰਦੇ ਨੇ? ਮੰਗ ਤਾਂ ਅਸੀਂ ਇਹੀ ਕਰਦੇ ਸਾਂ, ਤਾਂ ਇਨਸਾਫ ਚਾਹੀਦਾ, ਬਰਾਬਰ ਸਾਡੇ ਬਰਾਬਰ ਮਾਰ ਹੋ, ਕੁੜੀ ਨੂੰ ਅਸੀਂ ਫਿਰ ਚੱਕਾਂਗੇ, ਅਸੀਂ ਬਸ ਇਨਸਾਫ ਮੰਗਦੇ। ਮਾਰਿਆ ਉਹਦੇ ਬਾਪ ਨਹੀਂ ਹੈ? ਹਾਂਜੀ, ਕੁੜੀ ਦੇ ਬਾਪ ਨੇ ਮਾਰਿਆ। ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਤੇ ਕਿਵੇਂ ਮਾਰਿਆ? ਘਰੋਂ ਲੈ ਕੇ ਗਿਆ ਜੀ, ਤੌਲੀਆ ਤਰਵਾਇਆ ਗੱਡੀ ਦੇ ਵਿੱਚ, ਕਦੇ ਅੱਗੇ ਨਾ ਪਿੱਛੇ ਤੌਲੀਆ ਤਰਿਆ, ਮੈਂ ਪੀਜ਼ਾ ਖਵਾ ਰਿਹਾ ਜੀ, ਮੈਂ ਫਲਾਣਾ ਕਰ ਰਿਹਾ ਜੀ, ਮੈਂ ਤਿਮਕਾ ਕੁਛ ਨਹੀਂ ਕੀਤਾ ਉਹਨੇ, ਇਹ ਤਾਂ ਸਿਰਫ ਪਲਾਨ ਬਣਾ ਕੇ ਗਏ, ਲੈ ਕੇ ਗਏ ਟਾਵਲ ਰੱਖਿਆ, ਟਾਵਲ ਆਏ ਨੀ ਪਤਾ, ਮੂੰਹ ਤੇ ਰੱਖ ਕੇ ਮਾਰੀ ਹੈ ਜੀ ਕੁੜੀ, ਰੱਬ ਜਾਣੇ ਕਿਵੇਂ ਮਾਰੀ ਹੈ, ਕੁੜੀ ਦੇ ਨਾਖੂਨ ਮਾਰੇ ਪਏ ਸੀ, ਪੂਰਾ ਨੋਚਿਆ ਪਿਆ ਸੀ। ਸਪੈਸ਼ਲ ਇਸੇ ਕਰਕੇ ਲੈ? ਹਾਂਜੀ ਹਾਂਜੀ, ਕੁੜੀ ਗਈ ਹੋਈ ਸੀ? ਨਹੀਂ ਨਹੀਂ ਨਹੀਂ, ਕੁੜੀ ਸਪੈਸ਼ਲ ਲੈ ਕੇ ਗਏ, ਸਟੇਡੀਅਮ ਕਲਾਸ ਲਾਉਂਦੀ ਹੁੰਦੀ ਸੀ 6 ਤੋਂ 7 ਵਜੇ ਤੱਕ ਦੀ, 7 ਵਜੇ ਤੋਂ ਬਾਅਦ 9:15 ਲੈ ਕੇ ਆਇਆ ਫਟਾਫਟ, ਕਹਿੰਦਾ ਨੀਚੇ ਆ ਜਾ ਕੇ ਮੇਰੀ ਬੇਟੀ ਨੂੰ ਕਹਿੰਦਾ, ਤੇ ਮਾਨਵੀ ਦੀ ਹਾਲਤ ਖਰਾਬ ਹੈ, ਮਾਨਵੀ ਤਾਂ ਉੱਥੇ ਖਤਮ ਸੀ ਜੀ ਮੇਰੀ। ਹਾਂਜੀ, ਉੱਥੇ ਮਾਰ ਕੇ ਲੈ ਕੇ ਆਇਆ ਜੀ, ਸਾਨੂੰ ਤਾਂ ਇਨਸਾਫ ਇਹ ਚਾਹੀਦਾ ਬਰਾਬਰ, ਸਾਨੂੰ ਉਹਨਾਂ ਦੀ ਫੈਮਿਲੀ ਬਰਾਬਰ ਸਮਝੋ, ਖਤਮ ਕਰਵਾਓ ਸਰ। ਹਾਂਜੀ, ਉਹਨਾਂ ਦਾ ਕੋਈ ਨਹੀਂ ਆਇਆ, ਸਾਨੂੰ ਇਨਸਾਫ ਚਾਹੀਦਾ, ਅਸੀਂ ਬੱਚੇ ਨੂੰ ਬਾਅਦ 'ਚ ਚੁੱਕਾਂਗੇ, ਸਾਨੂੰ ਇਨਸਾਫ ਚਾਹੀਦਾ। ਮੇਰੇ ਕੋਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜੀਆ ਘਰ ਕਿਉਂ ਨਹੀਂ ਆਈ, ਕਹਿੰਦੇ ਅਸੀਂ ਮਾਰਕੀਟ ਜਾ ਰਹੇ ਹਾਂ, ਉਹਨੂੰ ਪੀਜ਼ਾ ਵਗੈਰਾ ਖਵਾਊਂਗਾ ਅਤੇ ਜਮੈਟਰੀ ਦਿਵਾਉਣੀ ਹੈ। ਮੈਨੂੰ ਕਿਹਾ ਕੋਈ ਨਹੀਂ, ਘਰ ਆ ਜਾਓ ਆਪਾਂ ਕੱਲ੍ਹ ਚੱਲਾਂਗੇ, ਕਹਿੰਦੇ ਨਹੀਂ ਮੈਂ ਜਾ ਰਿਹਾ। ਮੈਂ ਫਿਰ 8 ਵਜੇ ਫੋਨ ਕੀਤਾ, ਮੈਂ ਕਿਹਾ ਇੰਨੀ ਲੇਟ ਹੋ ਗਿਆ, ਆਏ ਨਹੀਂ, ਕਹਿੰਦੇ ਠਹਿਰ ਕੇ ਆਵਾਂਗੇ ਅਸੀਂ, ਹਲੇ ਘੁੰਮ ਰਹੇ ਹਾਂ। ਫਿਰ ਮੈਂ 9:15 ਵੱਜ ਗਏ, ਮੈਂ ਕਿਹਾ ਹੁਣ 9:15 ਵੱਜ ਗਏ, ਆਏ ਨਹੀਂ ਹਲੇ, ਕਹਿੰਦੇ ਦੁੱਧ ਲੈ ਕੇ ਆ ਰਿਹਾ।
ਫਿਰ 9 ਵਜੇ ਫੋਨ ਕੀਤਾ, ਕਹਿੰਦੇ ਤੂੰ ਛੇਤੀ ਨੀਚੇ ਆ, ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਮਾਨੀ ਨੂੰ ਕੀ ਹੋ ਗਿਆ। ਜਦੋਂ ਮੈਂ ਨੀਚੇ ਆਈ ਤਾਂ ਗੱਡੀ ਨਹੀਂ ਸੀ, ਮੈਂ ਦੁਬਾਰਾ ਫਿਰ ਫੋਨ ਕੀਤਾ ਅਤੇ ਜਦੋਂ ਮੈਂ ਆਈ ਨੀਚੇ ਤਾਂ ਮਾਨੀ ਬਿਲਕੁਲ ਬੁਰਾ ਹਾਲ, ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ। ਅਤੇ ਮੈਂ ਕਿਹਾ ਮਾਨੀ ਨੂੰ ਕੀ ਹੋ ਗਿਆ, ਕਹਿੰਦੇ ਪਤਾ ਨਹੀਂ, ਹਾਲੇ ਤਾਂ 5 ਮਿੰਟ ਪਹਿਲਾਂ ਠੀਕ ਸੀ, ਹੁਣੀ ਹੁਣੀ ਪਤਾ ਨਹੀਂ, ਕਹਿੰਦੇ ਪੀਜ਼ਾ ਖਾ ਕੇ ਕੁਛ ਹੋ ਗਿਆ। ਬਸ ਫਿਰ ਉਸ ਤੋਂ ਬਾਅਦ ਅਸੀਂ ਹੋਸਪਿਟਲ ਲਿਆ, ਇਹਨੂੰ ਕੁਛ ਵੀ ਨਹੀਂ ਸੀ ਉਹਦੇ ਵਿੱਚ। ਹਾਂਜੀ, ਅੱਜ ਤੋਂ 2-2.5 ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਿਲਾਇਆ ਸੀ। ਤੁਸੀਂ ਸਕੂਲ ਵਾਲੇ ਨੂੰ ਪੁੱਛ ਸਕਦੇ ਹੋ, ਹੋਲੀ ਆਰਟ ਸਕੂਲ 'ਚ ਪੜ੍ਹਦੀ ਸੀ। ਬਸ ਉਦੋਂ ਐਂ ਲੱਗਿਆ ਵੀ ਗਲਤ ਫਹਿਮੀ ਹੋ ਰਹੀ ਹੈ। ਬਸ ਉਹ ਸ਼ੁਰੂ ਤੋਂ ਉਹਨੂੰ ਪਸੰਦ ਨਹੀਂ ਕਰਦੇ ਸੀ, ਸਾਡੀ ਪ੍ਰੀ ਮੈਰਿਜ ਹੋਈ ਹੈ, ਅਤੇ ਕਹਿੰਦੇ ਸੀ ਵੀ ਅਸੀਂ ਗੁੜੀਆਂ ਨੂੰ ਨਹੀਂ ਰੱਖਣਾ, ਆਪਾਂ ਦੋਨੇ ਰਵਾਂਗੇ। ਕਿੰਨਾ ਟਾਈਮ ਪਹਿਲਾਂ ਮੈਰਿਜ ਹੋਈ? ਦੋ ਉਹਨਾਂ ਦੀ ਇੱਕ ਸਾਲ ਹੋਇਆ। ਨਹੀਂ, ਅੱਛਾ, ਸਾਨੂੰ ਜ਼ਬੀਨ ਇੱਕ ਮੈਰਿਜ ਦੱਸੀ ਸੀ। ਕੀ ਨਾਮ ਹੈ ਜੀ? ਕਾਰਨ ਇਹ ਦੱਸਣਾ ਚਾਹੁੰਦਾ ਸੀ ਜੀ, ਬਸ ਇਹੀ ਕਾਰਨ, ਹੋਰ ਕਾਰਨ ਨਹੀਂ ਹੋ ਸਕਦਾ। ਪਹਿਲਾਂ ਇਹਦੇ ਨਾਲ ਗੱਲਬਾਤ ਹੋ ਗਈ ਜੇ ਅਸੀਂ ਰੱਖਾਂਗੇ ਤਾਂ ਭੇਜੀ ਸੀ ਕੁੜੀ ਇਹ। ਪਰਿਵਾਰਕ ਮੈਂਬਰ ਕੋਈ ਨਹੀਂ ਆਇਆ ਜਿੱਥੇ, ਕੋਈ ਰੈਸਟ ਨਹੀਂ ਹੋਇਆ। ਇਹ ਸੈਕਿੰਡ ਮੈਰਿਜ ਸੀ ਜੀ, ਕੁੜੀ ਸੈਕਿੰਡ ਮੈਰਿਜ ਹੈ, ਉਹਦੀ ਸੁਣ 3-4 ਮੈਰਿਜਾਂ ਹੋ ਚੁੱਕੀਆਂ, ਇਹ ਨਹੀਂ ਪਤਾ ਕਿੰਨੀਆਂ ਹੋਈਆਂ ਨੇ, ਸੁਣ 'ਚ ਆਇਆ ਹੈਗਾ। ਹਾਂਜੀ, ਕੰਮ ਕੀ ਕਰਦਾ ਸੀ ਉਹ? ਕੰਮ ਕਦੇ ਕੋਈ ਕਰਦੇ, ਕੋਈ ਕੰਮ ਨਹੀਂ ਚੀਜ਼ ਦਾ, ਕੁਛ ਨਹੀਂ ਕਰਦਾ ਕੀ। ਹਾਂ, ਕੀ ਕਰਦਾ ਚੀਜ਼ ਦਾ ਸਾਨੂੰ ਕੁਛ ਨਹੀਂ ਪਤਾ ਜੀ ਉਹਦੇ ਬਾਰੇ।